ਹਾਜੀਪੁਰੇ ਵਾਲੇ ਪਾਸੇ ਨਹੀਂ ਮਾਰਕੀਟ ਜਿਹੜੀ ਇਹਨਾਂ ਦੀ ਮੋਟਰਾਂ ਮਾਟਰਾਂ ਦੀ ਉਸ ਪਾਸੇ ਆਉਂਦੀ ਉਹ ਜਨਾਬ ਉਹ 4500 ਦਾ ਡੱਬਾ 10 ਡੱਬੀਆਂ ਵਾਲਾ 4500 ਦਾ ਉੱਥੋਂ ਕੱਢ ਲਿਆ ਮੌਜਾਂ ਬਣ ਗਈਆਂ ਰੱਬ ਬੋੜਿਆ ਹਾਂ ਉਹ ਭਾਈ ਨੂੰ ਹੁਣ ਹੁਣ ਮੈਂ ਕਿਹਾ ਮਹੀਨਾ ਤੇ ਉਹ ਭਾਈ ਨੂੰ ਫੇਰ ਆਖਾਂਗੇ ਨਾ ਭਾਈ ਮਹੀਨਾ ਲੱਗਿਆ ਤੇ ਭਾਈ ਹੁਣ ਮੰਗਾ ਗੋਭੀ ਆਪਣੀ ਮਾਸ਼ਾ ਦਾ ਵਾਹਵਾ ਹੋ ਗਈ ਹੁਣ ਤੇ ਉਦਣ ਮੈਂ ਆਇਆ ਸੀ ਉਦਣ ਨਿੱਕੀ ਨਿੱਕੀ ਸੀਗੀ ਰਾਮਦੇਵ ਜੀ ਕਿਉਂ ਇੱਦਾਂ ਮੈਂ ਰੰਗ ਥੋੜਾ ਭੱਜਿਆ ਭੱਜਿਆ ਹੋਰ ਨੀ ਕੋਈ ਹੋਇਆ ਬਤਾਊ ਦਾ ਬੂਟਾ ਪੈਰ ਥੱਲੇ ਖੰਨੇ ਆ ਬਤਾਊ ਵਿੱਚ ਲਾਏ ਵੀ ਤਾਂ ਫੁੱਲ ਇੱਕ ਹੋਇਆ ਸੀ ਤਿਆਰ ਅਤੇ ਮੈਂ ਕਿਹਾ ਚਲੋ ਤੋੜ ਲਿਆਈਏ ਅੱਬੀ ਨੇ ਦੱਸਿਆ ਕਿ ਤਿਆਰ ਹੋਇਆ ਫਿਰ ਤੋੜਨ ਆ ਗਿਆ ਇੱਧਰ ਨੂੰ ਆਹ ਯਾਰ ਪਤਾ ਨਹੀਂ ਕਿਹੜੇ ਵਿਚਾਰੇ ਦੀ ਰੇਹੜੀ ਖਲੋਤੀ ਇਹਦਾ ਟਾਇਰ ਹੀ ਪਾਟ ਗਿਆ ਅਤੇ ਉਹ ਇੱਥੇ ਹੀ ਛੱਡ ਗਏ ਹੋਏ ਪੱਠੇ ਲੈ ਕੇ ਆਏ ਅਤੇ ਉੱਧਰੋਂ ਉਹਦਾ ਨਾ ਟਾਇਰ ਪਾਟ ਗਿਆ ਉਹ ਇੱਥੇ ਖੜੀ ਕਰ ਗਏ ਹੁਣ ਮਕੈਨਿਕ ਨੂੰ ਲਿਆਉਣਗੇ ਅਤੇ ਫਿਰ ਨਾ ਆ ਕੇ ਸੈੱਟ ਮੈਟ ਕਰਨਗੇ ਮੋਟਰਸਾਈਕਲ ਕੱਢਦਾ ਕਿ ਰਵੇ ਖਲੋਤਾ ਜੀ ਮੋਟਰਸਾਈਕਲ ਸਹੀ 300 ਰੁਪਈਆ ਦਿੱਤਾ ਲੀਟਰ ਬਾਬੇ ਨੇ ਸਰੋਂ ਕੱਚ ਪਾਉਣੀ ਹੈ ਇਹਨਾਂ 'ਚ ਅਸਲਾਮ ਅਲੈਕੁਮ ਜੀ ਕੀ ਹਾਲ ਚਾਲ ਠੀਕ ਠਾਕ ਹੋ ਰਾਜੀ ਬਾਜ਼ੀ ਹੋ ਅੱਲਾਹ ਦੇ ਫਜ਼ਲ ਨਾਲ ਮੈਂ ਵੀ ਬਿਲਕੁਲ ਠੀਕ ਅੱਜ ਮੈਂ ਡੇਰੇ ਆਇਆ ਸੀ ਅਤੇ ਨਾ ਘਰੋਂ ਪੈਟਰੋਲ ਨਹੀਂ ਚੈੱਕ ਕੀਤਾ ਅਤੇ ਪੈਟਰੋਲ ਨਾ ਮੋਗਿਆ ਰਾਹ 'ਚ ਆਉਂਦਿਆਂ ਹੋਇਆ ਜੀ ਅਤੇ ਪੱਕੀ ਸੜਕ ਦੇ ਉੱਪਰ ਹੀ ਮੋਗਿਆ ਫਿਰ ਮੈਂ ਉੱਥੇ ਨਾ ਰੇਹੜੀ ਸਾਈਡ 'ਤੇ ਲਾ ਤੀ ਉਹ ਸਾਹਮਣੇ ਮੇਰੀ ਰੇਹੜੀ ਖਲੋਤੀ ਹੋਈ ਆ ਰੇਹੜੀ ਮੈਂ ਸਾਈਡ 'ਤੇ ਲਾ ਕੇ ਅਤੇ ਫਿਰ ਪਿੰਡੋਂ ਜਾ ਕੇ ਨਾ ਪੈਦਲ ਉੱਥੋਂ ਪੈਟਰੋਲ ਪਵਾ ਕੇ ਲਿਆਇਆ ਦੁਕਾਨ ਤੋਂ ਅਤੇ ਉਹ ਫਿਰ ਲੀਟਰ ਪਵਾ ਕੇ ਲਿਆਇਆ 300 ਰੁਪਈਏ 290 ਰੁਪਈਏ ਲੀਟਰ ਪਵਾ ਕੇ ਲਿਆਇਆ ਅਤੇ ਡੇਰੇ ਆਇਆ ਸੀ ਤਾਂ ਇੱਥੇ ਨਾ ਪੱਠੇ ਵੱਢਣ ਦੇ ਸੀ ਮੇਰੀ ਅੱਜ ਤਬੀਅਤ ਥੋੜ੍ਹੀ ਜਿਹੀ ਖਰਾਬ ਸੀਗੀ ਅਤੇ ਅਮੀ ਜੀ ਆ ਕੇ ਇੱਥੇ ਪੱਠੇ ਵੱਢਣ ਦੇ ਸੀਗੇ ਅਤੇ ਬਾਕੀ ਨਾ ਅਮੀ ਜੀ ਕਹਿੰਦੇ ਕਿ ਆ ਸਰੋਂ ਇੱਧਰ ਵੱਢੀ ਹੋਈ ਆ ਪਿੱਛੇ ਪਈ ਹੋਈ ਅਤੇ ਅੱਜ ਇਹ ਘਰ ਨੂੰ ਲੈ ਕੇ ਜਾਣੀ ਆ ਬਾਕੀ ਉਸ ਸਾਈਡ 'ਤੇ ਆਪਣਾ ਦਿਆ ਵਾ ਟੂਵੈਲ ਚੱਲਣ ਉੱਧਰ ਅਬੂ ਜੀ ਲਾਉਣ ਦੇ ਆ ਸਬਜ਼ੀ ਨੂੰ ਪਾਣੀ ਅਤੇ ਸਬਜ਼ੀ ਅਸੀਂ ਬੀਜੀ ਸੀਗੀ ਕੋਈ ਨਾ ਉਹ ਗੋਭੀ ਬੀਜੀ ਸੀ ਲਸਣ ਲੁਸਣ ਵਗੈਰਾ ਬੀਜਿਆ ਸੀ ਸ਼ਾਮ ਨੂੰ ਅਮੀ ਜੀ ਫੇਰਾ ਕਿੱਦਾਂ ਲਾਉਣਾ ਸ਼ਾਮ ਨੂੰ ਨਹੀਂ ਨਾਲੇ ਕਹਿੰਦੇ ਪਿੱਛੇ ਪਾਣੀ ਆ ਹੁਣ ਅਬੂ ਜੀ ਪਾਉਣ ਲੱਗ ਗਏ ਆ ਸਰੋਂ ਅਤੇ ਸ਼ਾਮ ਨੂੰ ਅੰਮੀ ਕਹਿੰਦੇ ਇੱਕ ਫੇਰਾ ਹੋਰ ਲਾਉਣਾ ਵਾ ਇੱਥੇ ਰੇਹੜੀ ਲਿਆਵਾਂਗੇ ਅੱਗੇ ਇੱਥੇ ਸੜਕੀ 'ਤੇ ਲੱਗ ਗਏ ਖਿਲਾਰ ਕੇ ਨਾ ਅਤੇ ਉੱਥੋਂ ਫਿਰ ਪਾਣੀ ਸ਼ੁਰੂ ਕਰ ਦੇਵਾਂਗੇ ਜਿਹੜੀ ਇੱਥੇ ਫੇਰਾ ਹੋਊਗਾ ਸ਼ਾਮ ਵਾਲਾ ਉਹ ਲੈ ਜਾਵਾਂਗੇ ਅਤੇ ਕੁਛ ਅਬੂ ਜੀ ਹੁਣ ਪਾਉਣ ਦੇ ਆ ਅਤੇ ਪਾਣੀ ਇੱਕ ਹੁਣ ਚੰਗੀ ਨਾ ਸੁਥਰੀ ਜਿਹੀ ਲੈ ਜਾਂਦੇ ਆ ਦੋਵੇਂ ਦੇ ਦਿਓ ਦੋਵੇਂ ਕਿੱਦਾਂ ਦੇ ਦਈਏ ਲੱਗਣੀ ਮਿੱਠੀ ਜ਼ਿਆਦਾ ਸਵਾਦੀ ਸਹੀ ਹੋ ਗਿਆ ਚਾਚੀ ਅਫਜ਼ਲ ਨੇ ਸਮੋਸੇ ਦਿੱਤੇ ਮੈਨੂੰ ਮਿੱਠੇ ਮਿੱਠੇ ਬੇਲੀ ਮੇਰਾ ਨਹੀਂ ਨਹੀਂ ਇਹ ਯੂਟਿਊਬ ਵਾਲੇ ਬੇਲੀ ਹੈ ਸਮੋਸਾ ਖਾ ਲਿਆ ਚਟਨੀ ਇੰਨੀ ਕੁ ਵਧੀਆ ਅਤੇ ਚਟਨੀ ਨਾ ਖਰਾਬ ਹੋ ਜਾਣੀ ਇੰਨੀ ਮਜ਼ੇ ਦੀ ਨਹੀਂ ਗੀ ਤੈਨੂੰ ਆਪਾਂ ਨਾ ਹੁਣ ਮਾਰਦੇ ਹਾਂ ਚਲਾ ਕੇ ਵਲੋਗਾਂ 'ਤੇ ਲਾ ਦੇਣਾ ਸਾਰਾ ਪਿੰਡ ਹੀ ਮੈਂ ਹੁਣ ਉਹ ਵੇਖਿਆ ਵਾਂ ਪਨੀਰੀ ਵੇਖਿਆ ਵਾਂ ਦੋ ਵੱਟਾਂ ਲਾਉਣੀਆਂ ਸੀ ਮੈਨੂੰ ਲੱਗਦਾ ਹੁਣ ਆਪਾਂ ਇੱਥੋਂ ਨਾ ਪਨੀਰੀ ਵੇਖ ਲਈਏ ਥੋੜ੍ਹੀ ਜਿਹੀ ਅਤੇ ਫਿਰ ਆਪਾਂ ਹੁਣ ਚੱਲੀਏ ਘਰ ਨੂੰ ਸਰੋਂ ਰੱਖ ਲਈਏ ਅਤੇ ਬਾਕੀ ਇੱਕ ਫਿਰ ਨਾ ਸ਼ਾਮ ਨੂੰ ਲਾਵਾਂਗੇ ਇੱਧਰ ਨਾ ਪਾਣੀ ਲੱਗਾ ਹੋਇਆ ਪੱਠਿਆਂ ਨੂੰ ਨਾ ਇੱਧਰੋਂ ਖਾ ਲਿਓ ਜੋ ਕਿਸੇ ਦਾ ਟੁੱਟ ਕੇ ਪੈ ਗਿਆ ਹੋਇਆ ਵੇਖਦੇ ਤਾਂ ਹੈ ਨਹੀਂ ਲੋਕ ਅਤੇ ਇਹ ਫਿਰ ਆਪਾਂ ਹੁਣ ਸ਼ਾਮ ਨੂੰ ਚੱਕ ਲਾਂਗੇ ਇੱਧਰ ਨਾ ਆਪ ਜੀ ਮਿਰਚਾਂ ਲੱਗ ਗਏ ਸੀ ਸਵੇਰ ਦੇ ਆਏ ਸੀ ਪੱਠੇ ਵੱਢਣ ਤਾਂ ਲੇਕਿਨ ਮਿਰਚਾਂ ਲਾਉਣ ਲੱਗ ਗਿਆ ਇੱਧਰ ਲੱਗੀਆਂ ਹੋਈਆਂ ਮਿਰਚਾਂ ਮਾਸ਼ਾਅੱਲਾ ਤਾਂ ਆਪ ਜੀ ਲਾ ਕੇ ਗਏ ਆ ਆਹ ਪਨੀਰੀ ਆ ਜੁਆਂ ਵਰਗੀ ਨਿੱਕੀ ਨਿੱਕੀ ਪਨੀਰੀ ਆ ਜੀ ਲਾ ਕੇ ਗਏ ਆ ਆਹ ਇੱਧਰ ਮੇਰਾ ਲਸਣ ਅਤੇ ਉਹ ਵੱਟ ਤੱਕ ਆਪਣੀ ਪੈਲੀ ਆ ਆਹ ਸਾਹਮਣੇ ਵੱਟ ਤਾਂ ਹੀ ਨਾ ਅਤੇ ਇੱਧਰ ਆ ਮੇਰੇ ਪੱਠੇ ਆ ਅਤੇ ਹੁਣ ਯਾਰ ਉਹ ਚੱਲੀਏ ਆਪਾਂ ਘਰ ਨੂੰ ਟਾਈਮ ਹੋ ਗਿਆ ਤਕਰੀਬਨ 11 ਵੱਜ ਗਏ ਆ ਜਾ ਕੇ ਨਾ ਹੁਣ ਕੋਈ ਰੋਟੀ ਪਾਣੀ ਦਾ ਕਰੀਏ ਨਾਲੇ ਨਾ ਹਲੇ ਹੋਰ ਥੋੜ੍ਹਾ ਜਿਹਾ ਕੰਮ ਆ ਅਤੇ ਤਬੀਅਤ ਅਲੱਗ ਕਰੇ ਹੁਣ ਥੋੜ੍ਹੀ ਜਿਹੀ ਵੱਲ ਹੋਈ ਆ ਅਤੇ
मज़ा आ गया अज का ब्लॉग बनाउन दा। ते चैनल लाजमी लाइक ते वीडियो नू भी सबसक्राइब कर दो। अल्लाह हाफिज़।